ਜਿਹੜਾ ਪਿਛਲੇ ਹਫ਼ਤੇ ਇੱਕ ਇੰਟਰਨੈਸ਼ਨਲ ਓਪੀਅਮ ਡਰੱਗ ਰਨਿੰਗ ਰੈਕਟ ਜਿਹੜਾ ਬਸਟ ਹੋਇਆ ਸੀਗਾ, ਇਹਦੇ ਪਿੱਛੇ ਪਿਛਲੇ 15-20 ਦਿਨਾਂ ਤੋਂ ਆਪਾਂ ਲੱਗੇ ਸੀ। ਪਿਛਲੇ ਇੱਕ ਹਫ਼ਤੇ 'ਚ 9 ਜਣੇ ਹੋਰ ਗ੍ਰਿਫਤਾਰ ਹੋਏ, 22 ਕਿਲੋ ਟੋਟਲ ਓਪੀਅਮ ਦੀ ਅਫੀਮ ਦੀ ਰਿਕਵਰੀ ਹੋਈ ਹੈ। ਹੁਣ ਤੱਕ ਇਹਨਾਂ ਦੇ 30 ਬੈਂਕ ਅਕਾਊਂਟਸ ਸਾਹਮਣੇ ਆਏ ਹੈ ਜੀ। 30 ਬੈਂਕ ਅਕਾਊਂਟਸ 'ਚ ਪਿਛਲੇ 3 ਸਾਲ 'ਚ ਜਿਹੜੀ ਟ੍ਰਾਂਜੈਕਸ਼ਨ ਹੋਈ ਹੈ ਉਹ ਕੋਈ 9 ਕਰੋੜ ਦੇ ਕਰੀਬ ਹੈ, ਅਤੇ ਹੁਣ ਤੱਕ ਕੋਈ 12 ਪ੍ਰੋਪਰਟੀਜ਼, ਹਾਈ ਐਂਡ ਪ੍ਰੋਪਰਟੀਜ਼ ਵਰਥ 5-6 ਕਰੋੜ ਰੁਪੀਜ਼ ਇਹ ਵੀ ਆਈਡੈਂਟੀਫਾਈ ਹੋਈ, ਇਨਵੈਸਟੀਗੇਸ਼ਨ ਜਾ ਰਹੀ ਹੈ। ਹੁਣ ਇਹ ਪਹਿਲਾਂ ਇੱਦਾਂ ਦਾ ਕੇਸ ਹੋਊਗਾ ਜਿੱਥੇ ਸਟਾਰਟ ਤੋਂ ਲੈ ਕੇ ਐਂਡ ਤੱਕ ਹਰੇਕ ਇਨਸਾਨ ਜਿਹੜਾ ਹੈ ਉਹ ਆਈਡੈਂਟੀਫਾਈਡ ਹੈ, ਵਿਅਕਤੀ ਆਈਡੈਂਟੀਫਾਈਡ ਹੈ, ਨੋਮੀਨੇਟਿਡ ਹੈ ਅਤੇ ਕੋਈ ਨਾ ਕੋਈ ਅਰੈਸਟਿਡ ਹੈ। ਇਹਦੇ 4 ਬੇਸਿਕ ਪਹਿਲੂ ਹੈ ਜੀ, 4। ਸਭ ਤੋਂ ਪਹਿਲਾਂ ਜਿਹੜੇ ਲੋਕ ਓਪੀਅਮ ਦੀ ਖੇਤੀ ਕਰਦੇ, ਖੇਤੀ ਇਹ ਝਾਰਖੰਡ 'ਚ ਹੋ ਰਹੀ ਹੈ, ਰਾਂਚੀ ਦੇ ਆਲੇ ਦੁਆਲੇ ਜਿਹੜੇ ਜੰਗਲ ਹੈ ਉੱਥੇ ਜਿਹੜੇ ਪਿੰਡ ਹੈ, ਲੋਕ ਕੁਛ ਪੀਸ ਆਫ ਲੈਂਡ ਆਪਣਾ ਜਿਹੜਾ ਹੈ ਉਹ ਖੇਤੀ ਕਰਦੇ, ਇਹਨਾਂ ਵਿੱਚੋਂ ਹੀ ਕੁਛ ਲੋਕ ਕਲੈਕਟ ਕਰਦੇ, ਘਰ ਘਰ ਜਾ ਕੇ ਕਲੈਕਟ ਕਰਕੇ ਜਿਹੜੇ ਬਾਹਰ 5 ਫੋਰਨ ਨੈਸ਼ਨਲਸ ਆਈਡੈਂਟੀਫਾਈ ਕੀਤੇ, ਫੋਰਨ ਨੈਸ਼ਨਲਸ ਆਫ ਇੰਡੀਅਨ ਓਰੀਜਨ, ਫੋਰਨ ਬੇਸਡ ਐਂਟੀਟੀ ਆਪਾਂ ਕਹਿ ਸਕਦੇ ਹਾਂ, ਉਹਨਾਂ ਨਾਲ ਸੰਪਰਕ ਹੁੰਦਾ, ਉਹ ਕੋਰੀਅਰ ਕੰਪਨੀਜ਼ ਨਾਲ ਸੰਪਰਕ ਕਰਦੇ, ਇੱਥੇ ਵੀ ਪੰਜਾਬ 'ਚ ਵੀ, ਦਿੱਲੀ, ਹਰਿਆਣਾ, ਯੂਪੀ, ਇਕੱਠਾ ਕਰਕੇ ਝਾਰਖੰਡ ਤੋਂ ਓਪੀਅਮ ਆਉਂਦੀ ਹੈ ਜੀ। ਉਹ ਕੋਰੀਅਰ ਕੰਪਨੀ ਵਾਲੇ ਜਿਹੜੇ ਹੈ, ਜਿਨ੍ਹਾਂ ਦੀ ਛੋਟੀ ਛੋਟੀ ਕੋਰੀਅਰ ਕੰਪਨੀਜ਼ ਹੈ, ਉਹ ਉਹਨੂੰ ਬਹੁਤ ਸੋਫਿਸਟੀਕੇਟਡ ਢੰਗ ਨਾਲ ਪੈਕ ਕਰਦੇ, 1/2 ਕਿਲੋ 1 ਕਿਲੋ ਦੀ ਪੈਕਿੰਗ 'ਚ। ਜਿਹੜਾ ਡੈਸਟੀਨੇਸ਼ਨ ਹੈ ਉਹ ਡੈਸਟੀਨੇਸ਼ਨ ਜਿਹੜੇ ਫੋਰਨ ਬੇਸਡ ਐਂਟੀਟੀਜ਼ 5 ਆਈਡੈਂਟੀਫਾਈਡ ਹੈ, ਹੁਣ ਤੱਕ 5 ਹੋਏ, ਉਹਨਾਂ ਨੂੰ ਦੱਸਦੇ ਕਿ ਜੀ ਫਲਾਣਾ ਫਲਾਣਾ ਐਡਰੈਸ ਹੈ, ਪੈਕਿੰਗ ਕਰਕੇ ਉਸ ਐਡਰੈਸ ਤੋਂ ਰਵਾਨਾ ਕਰ ਦਿੱਤੀ ਜਾਂਦੀ ਹੈ। ਅਤੇ ਕਸਟਮਸ ਦੇ 6 ਆਫੀਸ਼ੀਅਲਸ ਜਿਹੜੇ ਹੈ ਦਿੱਲੀ ਕਸਟਮਸ ਦੇ, ਉਹ ਵੀ ਆਈਡੈਂਟੀਫਾਈ ਹੋਏ, ਉਹਨਾਂ ਨੂੰ ਵੀ ਨੋਮੀਨੇਟ ਕਰ ਲਿੱਤਾ ਗਿਆ। ਜਿਹੜੇ 5 ਫੋਰਨ ਬੇਸਡ ਐਂਟੀਟੀਜ਼ ਹੈ, ਇਹ UK, ਕੈਨੇਡਾ, US ਅਤੇ ਆਸਟ੍ਰੇਲੀਆ 'ਚ ਮੌਜੂਦ ਹੈ, ਇਹਨਾਂ ਨੂੰ ਵੀ ਆਈਡੈਂਟੀਫਾਈ ਕਰਕੇ ਨੋਮੀਨੇਟ ਕਰ ਲਿੱਤਾ ਗਿਆ। ਫੋਰਨ ਜੀ, ਹੁਣ ਝਾਰਖੰਡ ਦਾ ਇੱਕ ਵਿਅਕਤੀ ਫੜਿਆ ਗਿਆ, ਇਹਦਾ ਨਾਂ ਅਭਿਰਾਮ ਹੈ, ਐਲੈਕਸ ਵੀ ਕਹਿੰਦੇ, ਅਲੀਅਸ ਐਲੈਕਸ, ਐਲੈਕਸ ਛੋਟਾ ਨਾਮ ਹੈ। 12 ਕਿਲੋ ਓਪੀਅਮ ਬਰਾਮਦ ਹੋਈ ਹੈ ਇਸ ਤੋਂ, ਰਾਂਚੀ ਤੋਂ 30-40 ਕਿਲੋਮੀਟਰ ਦੂਰ ਇਹਦਾ ਘਰ ਹੈ, ਪਿੰਡ ਹੈ ਇਹਦਾ, ਪਿੰਡ ਨਾਲ 25-30 ਪਿੰਡ ਜਿਹੜੇ ਹੋਰ ਹੈ ਉਹ ਥੋੜ੍ਹੀ ਥੋੜ੍ਹੀ ਖੇਤੀ ਜਿਹੜੀ ਕਰਦੇ ਓਪੀਅਮ ਦੀ, ਇਹ ਇਕੱਠਾ ਕਰਦਾ ਸੀਗਾ ਜੀ, ਇਕੱਠਾ ਕਰਕੇ ਡੀਲ ਕਰਦਾ ਸੀਗਾ ਪੰਜਾਬ ਬੇਸਡ ਜਿਹੜੇ ਕੋਰੀਅਰ ਕੰਪਨੀ ਵਾਲੇ, ਇੱਥੇ ਆ ਕੇ ਜਾਂ ਦਿੱਲੀ ਇਹਨਾਂ ਨੇ ਡਿਲੀਵਰੀ ਦੇਣੀ, ਅੰਬਾਲਾ ਦੇਣੀ ਹੈ, ਪੰਜਾਬ 'ਚ ਆ ਕੇ ਵੀ ਦੇਣੀ, ਦੇ ਕੇ ਫਿਰ ਇੱਥੇ ਪੈਕ ਕਰਦੇ ਸੀਗੇ ਛੋਟੇ ਕੋਰੀਅਰ ਕੰਪਨੀ ਵਾਲੇ। ਉਹ ਵੀ 4 ਵਿਅਕਤੀ ਹੋਰ ਗ੍ਰਿਫਤਾਰ ਹੋਏ, ਜਿਨ੍ਹਾਂ ਦੀ ਆਪਣੀ ਛੋਟੀ ਛੋਟੀ ਕੋਰੀਅਰ ਕੰਪਨੀਜ਼ ਹੈ। 3 ਜਿਹੜੇ ਹੈ ਉਹ ਜਲੰਧਰ ਦੇ ਹੈ, 1 ਹੁਸ਼ਿਆਰਪੁਰ ਦਾ ਹੈ। ਉਹੀ ਹੈ ਨਾ, ਤਾਂ ਹੀ ਤਾਂ ਇਹਨਾਂ ਨੂੰ ਪਾਲਿਆ ਹੋਇਆ ਸੀ। ਹਾਂਜੀ ਹਾਂਜੀ,
ਕੁਛ ਇਦਾਂ ਦੇ ਕੰਟਰੀਜ਼ ਹੈ ਜਿੱਥੇ ਪਾਰਸਲਸ ਹੁਣ ਵੀ ਪਏ ਹੋਏ ਹੈ, ਉਹ ਉਹਨਾਂ ਨੂੰ ਕਸਟਮ ਕਲੀਅਰੈਂਸ ਨਹੀਂ ਮਿਲੀ ਹੈ। US ਦੇ 2-3 ਇੱਦਾਂ ਦੇ ਸਟੇਟਸ ਹੈ ਜਿੱਥੇ ਪਾਰਸਲਸ ਇੱਥੋਂ ਗਏ ਹੈ ਅਤੇ ਉੱਥੇ ਕਸਟਮ ਕਲੀਅਰੈਂਸ ਨਹੀਂ ਮਿਲੀ ਹੈ। ਮੈਂ ਦੱਸਦਾ ਬਿਲਕੁਲ ਡਿਟੇਲ ਦੱਸਦਾ। ਸਰ ਜਿਹੜੇ 3 ਅਕਾਊਂਟਸ ਵੈਰੀਫਾਈ ਕੀਤੇ ਗਏ ਆ, ਇਹ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਪਿਛਲੇ ਇੱਕ ਹਫ਼ਤੇ 'ਚ। ਇਹ ਹੋਰ ਵੀ ਅਕਾਊਂਟਸ ਹੋਣੇ ਜੀ, ਹੋਰ ਵੀ ਟ੍ਰਾਂਜੈਕਸ਼ਨਸ ਹੋਣੀਆਂ। ਇਹ 30 ਅਕਾਊਂਟਸ ਦੇ ਵਿੱਚੋਂ ਮੇਨ ਅਕਾਊਂਟ ਕਿਹਦਾ, ਕਿਹਦੇ ਵਿੱਚ ਟ੍ਰਾਂਜੈਕਸ਼ਨ ਜ਼ਿਆਦਾ ਸਭ ਤੋਂ ਜ਼ਿਆਦਾ ਆ? ਇਹ ਟ੍ਰਾਂਜੈਕਸ਼ਨ ਇਨ ਸਾਰਿਆਂ ਦੀ ਹੈ, ਆਲਮੋਸਟ ਇਕੁਅਲ ਹੀ ਹੈ ਟ੍ਰਾਂਜੈਕਸ਼ਨ। ਸੇਮ ਸੇਮ। ਅਮਿਤ ਸ਼ੁਕਲਾ ਜਿਹੜਾ ਇਹ ਮਨੀ ਚੇਂਜਰ ਹੈ, ਇਹ ਹਵਾਲਾ ਦੀ ਰਾਸ਼ੀ ਇਹਨਾਂ ਦੀ ਇੱਧਰ ਉੱਧਰ ਕਰਦਾ ਸੀ? ਦੇਖੋ ਇੱਧਰ ਉੱਧਰ ਕਰਨ ਦਾ ਮਤਲਬ ਹੈ ਇੱਥੋਂ ਸਮਾਨ ਗਿਆ, ਹਾਂਜੀ, ਬਾਹਰੋਂ ਹਵਾਲਾ ਰਾਹੀਂ ਪੈਸਾ ਪੈਸੇ ਆ ਗਏ ਇਹਨਾਂ ਅੱਗੋਂ, ਜਿਹੜੇ ਦੂਸਰੇ ਜਿਹੜੀ ਲੜੀ ਤੁਸੀਂ ਕਹਿ ਰਹੇ ਹੋ ਉਹ ਇਹਨਾਂ ਇਹਦੇ ਕੋਲ ਕਲੈਕਟ ਕਰਦੇ ਸੀਗੇ, ਅਤੇ ਜਿਹੜੇ ਕੋਰੀਅਰ ਵਾਲੇ ਜਿਹੜੇ ਭੇਜਦੇ ਸੀਗੇ, ਪਲੱਸ ਜਿਹੜੇ ਗਰੋਅਰ ਹੈ ਝਾਰਖੰਡ ਵਾਲੇ, ਉਹਨਾਂ ਨੂੰ ਪੈਸੇ ਪਹੁੰਚਾਉਂਦੇ ਸੀਗੇ ਹਵਾਲਾ ਰਾਹੀਂ। ਕੁਛ ਨੀ ਕਰਦਾ ਸੀਗਾ ਜੀ, ਇਹਦਾ ਪੈਸਾ ਜਿਹਦੀ ਭੈਣ ਦੇ ਅਕਾਊਂਟ ਪਾਉਂਦਾ ਸੀ, ਤਾਂ ਉਹ ਵੀ ਆਪਾਂ ਇਨ ਕੰਸਿਡਰੇਸ਼ਨ ਕੀਤੀ। ਚੇਨ ਤੋਂ ਵੀ ਦਿਸ ਇਜ਼ ਸਟਾਰਟਿੰਗ। ਗੱਡੀ ਚ ਆਉਂਦਾ ਸੀਗਾ ਜਾਂ ਟ੍ਰੇਨ ਚ ਆਉਂਦਾ ਸੀਗਾ। ਇਹਦੇ ਵਿੱਚ ਅਜੇ ਹੋਰ ਵੀ ਗ੍ਰਿਫਤਾਰੀਆਂ? ਹਾਂਜੀ ਹਾਂਜੀ। ਸਰ ਆਜ 9 ਲੋਕ ਜੋ ਪਕੜੇ ਗਏ, ਉਸ ਵੇਲੇ 3 ਲੋਕ ਪਕੜੇ ਗਏ ਥੇ ਅਫੀਮ ਕੋ ਲੇਕਰ, ਔਰ ਇਸਮੇ ਕਈ ਸਰਕਾਰੀ ਜੋ ਲੋਕ ਵੀ ਹੈ, ਪੂਰਾ ਇਹ ਕਿਆ ਇਸ ਸਕੈਂਡਲਸ ਕੇ ਬਾਰੇ ਮੇਂ? ਕੋਈ 1 ਮਹੀਨੇ ਸੇ ਟੀਮਸ ਜੋ ਥੀ, ਡੀਸੀਪੀ ਇਨਵੈਸਟੀਗੇਸ਼ਨ, ਏਸੀਪੀ ਇਨਵੈਸਟੀਗੇਸ਼ਨ ਦਾ ਸਪੈਸ਼ਲ ਸੈੱਲ CA ਸਟਾਫ ਦੀ ਲੱਗੀ ਹੋਈ ਹੋਈ ਸੀਗੀ। 3 ਲੋਕ ਵਿਅਕਤੀ ਪਹਿਲੇ ਪਕੜੇ ਗਏ ਥੇ, 9 ਵਿਅਕਤੀ ਅਭੀ ਪਕੜੇ ਗਏ। ਇਹ ਪੂਰੀ ਚੇਨ ਜੋ ਹੈ ਉਹ ਬ੍ਰੇਕ ਹੋਈ ਹੈ। 22 ਕਿਲੋ ਦੇ ਕਰੀਬ OPM ਉਹ ਰਿਕਵਰ ਹੋਈ ਹੈ ਅਲੱਗ ਅਲੱਗ ਵਿਅਕਤੀਆਂ ਸੇ, ਔਰ ਚੇਨ ਜੋ ਥੀ ਇਹ ਗਰੋਅਰ ਸੇ ਲੇਕਰ ਟਰਾਂਸਪੋਰਟਰ ਸੇ ਲੇਕਰ ਕੋਰੀਅਰ ਫੋਰਨ ਬੇਸਡ ਐਂਟੀਟੀ ਅਤੇ ਜਿਹੜੇ ਫੈਸਿਲੇਟਰ ਸੀ, ਇਨ ਸਭ ਕੋ ਆਈਡੈਂਟੀਫਾਈ ਕਰ ਲਿਆ ਗਿਆ, ਨੋਮੀਨੇਟ ਕਰ ਲਿਆ ਗਿਆ, ਔਰ ਇਨਮੇ ਸੇ 9 ਵਿਅਕਤੀ ਜੋ ਗ੍ਰਿਫਤਾਰ। ਅਕਾਊਂਟਸ 30 ਅਕਾਊਂਟਸ ਅਭੀ ਤੱਕ ਇਨਵੈਸਟੀਗੇਸ਼ਨ ਮੇਂ ਫਿਗਰ ਆਊਟ ਹੋਏ, ਜਿਨਮੇਂ ਪਿਛਲੇ 3 ਸਾਲ ਸੇ 9 ਕਰੋੜ ਕੀ ਟ੍ਰਾਂਜੈਕਸ਼ਨ ਹੋਈ ਹੈ। ਪ੍ਰੋਪਰਟੀਜ਼ ਆਈਡੈਂਟੀਫਾਈ ਹੋਈ ਹੈ, ਹਾਈ ਐਂਡ ਪ੍ਰੋਪਰਟੀਜ਼ 12 ਦੇ ਕੇ ਕਰੀਬ ਅਭੀ ਤੱਕ, ਔਰ ਜਿਨਕੀ ਵੈਲਿਊ ਜੋ ਹੈ 5-6 ਕਰੋੜ ਤੱਕ ਤੱਕ ਹੈ। 6 ਕਸਟਮ ਆਫਿਸ ਆਫਿਸ਼ਲਸ ਜੋ ਹੈ ਆਈਡੈਂਟੀਫਾਈ ਕਰ ਲਏ ਗਏ, ਨੋਮੀਨੇਟ ਕਰ ਲਏ ਗਏ, ਜੋ ਦਿੱਲੀ ਮੇਂ ਕੋਰੀਅਰ ਜੋ ਬਾਹਰ ਜਾਤੇ ਥੇ ਉਨਕੀ ਫੈਸਿਲਿਟੇਸ਼ਨ ਕਰਤੇ ਥੇ। 5 ਫੋਰਨ ਬੇਸਡ ਐਂਟੀਟੀਜ਼ ਵੀ UK, US, ਕੈਨੇਡਾ, ਆਸਟ੍ਰੇਲੀਆ ਕੀ ਆਈਡੈਂਟੀਫਾਈ ਕਰ ਲਈ ਗਈ ਹੈ, ਨੋਮੀਨੇਟ ਕਰ ਲਿਆ। ਇੱਕ ਵਿਅਕਤੀ ਜਿਸਕਾ ਨਾਮ ਐਲੈਕਸ ਹੈ, ਜੋ ਝਾਰਖੰਡ ਕਾ ਰਹਿਣੇ ਵਾਲਾ, ਰਾਂਚੀ ਸੇ 30 ਕਿਲੋਮੀਟਰ ਦੂਰ ਉਸਕਾ ਕੰਮ ਹੈ, ਵਹਾਂ ਪਰ ਖੇਤੀ ਖੁਦ ਵੀ ਕਰਤਾ ਥਾ, ਗਾਓ ਕੇ ਲੋਕ ਵੀ ਕਰਤੇ ਥੇ, ਆਸ ਪਾਸ ਕੇ 30-40 ਗਾਓ ਕੇ ਲੋਕ ਖੇਤੀ ਕਰਤੇ ਥੇ, ਥੋੜ੍ਹੀ ਥੋੜ੍ਹੀ ਆਪਣੀ ਜ਼ਮੀਨ ਪਰ। ਯੇ ਇਕੱਠਾ ਕਰਤਾ ਥਾ ਉਨਸੇ, ਜੋ OPM ਕਰਤੂਤ ਕਹਿਤੇ ਹੈ ਇਸਕੋ,
उसको मैच्योर करना और यहाँ पर आके जो कुरियर कंपनी वाले हैं उनको देना चाहिए। कुरियर कंपनी वाले चार और व्यक्ति गिरफ्तार हुए हैं, जिनमें तीन जलंधर के हैं, एक होशियारपुर का। इनकी अपनी छोटी कुरियर कंपनीज हैं, इनका टाइप बड़ी कुरियर कंपनीज के साथ भी है जो नामी कंपनीज हैं, और अच्छी तरह उसको पैक करना सोफिस्टिकेटेड ढंग से। एड्रेस जो होता था वो फॉरेन बेस्ड एंटिटी पांच जो हैं अभी तक जो आइडेंटिफाई हुई वो एड्रेस देते थे। फिर इन्होंने अपनी कुरियर भेजना दिल्ली। दिल्ली में एक और व्यक्ति गिरफ्तार हुआ जिसका नाम प्रबोध है, जो कस्टम ऑफिशियल्स के साथ मिला हुआ था। कस्टम ऑफिशियल्स हर पार्सल का अपना कट देते थे, बैंक अकाउंट उनके भी हमारे पास आ गए, और ये वाया एयर अपनी डेस्टिनेशन पर पहुंच जाता था। जब वहां पर पहुंच जाता था तो वहां से हवाला का पैसा जो आता था यहां पर, उसमें भी एक व्यक्ति गिरफ्तार हुआ है, शुक्ला नाम का, अमित शुक्ला नाम का व्यक्ति है, फगवाड़े का रहने वाला है, फगवाड़ा वेस्टर्न यूनियन का फ्रेंचाइजी है इसके पास। पिछले 3 महीने में, 3-4 महीने में इसने 50 लाख का हवाला पैसा जो है वो बाहर से आया इसके पास। फिर और दो व्यक्ति गिरफ्तार हुए हैं, एक अमरजीत कौर और उसका रिश्तेदार सनी, जो इससे पैसा लेते थे, और ये कुरियर कंपनी वाले प्लस जो ग्रोअर है झारखंड वाले उन तक पहुंचाते थे। तो ये सारी चेन जो है वो आइडेंटिफाई हो गई है, वो फिलहाल ब्रेक हो गई है। जो झारखंड से अफीम आती थी वाया कोरियर इस तरह या नहीं, कोई और? वो वाया या तो ट्रेन आती थी या वाया फोर व्हीलर आती। तो अभी तक जो लोग गिरफ्तार हुए हैं तो ये कैसे ब्रेक थ्रू कैसे मिला पुलिस को, कैसे पता चला? इन्फॉर्मेशन बेस्ड था, दिस वाज बेस्ड ऑन इन्फॉर्मेशन। तो एक के साथ एक कड़ी जुड़ती गई इसमें। तो अभी तक जो 12 लोग गिरफ्तार हो चुके, इसके अलावा और भी लोग? और भी हैं जी, जो नॉमिनेट कर लिए गए हैं, और ऑपरेशन अभी भी जारी है। बड़े स्केल पे ये काम स्केल पे बैंक अकाउंट्स सीज कर लिए गए हैं जी। बैंक अकाउंट्स भी ये इनिशियल इन्वेस्टिगेशन है 3-4 दिन की। अब और भी बैंक अकाउंट्स जैसे जैसे फिगर आउट होंगे, लीड बैंकर्स को पंजाब हरियाणा झारखंड यूपी के लीड बैंकर्स को हमारी तरफ से चिट्ठियां जा चुकी हैं। थैंक यू सर।